ਕਿਰਪਾ ਦੇ ਨਾਲ ਭਾਈ, ਨਿੱਕੀਆਂ ਜਿੰਦਾਂ ਵੱਡੇ ਸਾਕੇ। ਜਦੋਂ ਮੈਂ ਸਕੂਲ 'ਚ ਪੜ੍ਹਾਉਂਦਾ ਸੀ, ਇਹ ਜਦੋਂ ਆ ਜਾਣਾ ਨਾ, ਇਹ ਨਿੱਕੀਆਂ ਜਿੰਦਾਂ ਵੱਡੇ ਸਾਕੇ, ਉਹ ਮੇਰੀ ਕਲਾਸ ਨੇ ਵੀ ਮੁਗਧ ਹੋ ਜਾਣਾ ਅਤੇ ਮੈਥੋਂ ਵੀ ਪੀਰੀਅਡ ਲੰਘ ਜਾਣੇ। ਵੀ ਇਸ ਤਰ੍ਹਾਂ ਦਾ ਕਰਕੇ ਵੀ ਕਿਹੜੀ ਗੁਰੂ ਦੀ ਕਿਰਪਾ ਦੇ ਨਾਲ ਭਾਈ ਗੁਰੂ ਵਾਲਾ ਬਣਨਾ, ਫਿਰ ਉਹਦੇ 'ਤੇ ਪਹਿਰਾ ਦੇਣਾ, ਰਹਿਤ ਵਹਿਤ 'ਚ ਰਹਿਣਾ। ਕਿਹੜੇ ਨੌਜਵਾਨ ਬੱਚੇ ਬੱਚੀਆਂ ਛੋਟੇ ਉਮਰ ਦੇ ਨੇ ਸਾਰੇ, ਹੁਣ ਸਾਨੂੰ ਸਿੱਖਿਆ ਇੱਕੋ ਲੈਣੀ ਚਾਹੀਦੀ ਹੈ। ਵੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਕਿੰਨੀ ਉਮਰ ਸੀ? 7 ਤੇ 9 ਸਾਲ। ਜਿਹੜੇ ਕਹਿੰਦੇ ਨੇ ਜੀ ਵੱਡੇ ਹੋ ਕੇ ਛੰਗੇ, ਵੱਡੇ ਹੋ ਕੇ ਕੋਈ ਗਰੰਟੀ ਹੈ? ਵੀ ਬੱਚੇ ਕਿਹੜੇ ਹੈਗੇ ਨੇ, ਉਹਨਾਂ ਨੂੰ ਭਾਈ ਆਪਣਿਆਂ ਨੂੰ ਅੰਮ੍ਰਿਤਧਾਰੀ ਬਣਾਓ, ਗੁਰਸਿੱਖ ਰਹਿਤ ਬਹਿਤ ਚੜ੍ਹਦੀ ਕਲਾ ਹੋਵੇ। ਇੱਕੋ ਹੀ ਗੱਲ ਹੈ ਇਹ, ਜਿਹੜੇ ਗੁਰੂ ਦੀ ਰਹਿਤ ਬਹਿਤ ਨਾ ਰੱਖਦੇ ਨੇ, ਉਹਨਾਂ ਨਾਲ ਗੁਰੂ ਦਾ ਪਿਆਰ ਹੈ, ਉਹਦੇ ਬੱਚੇ ਨੇ, ਦਸਮੇਸ਼ ਪਿਤਾ ਦੇ ਉਹ। ਇਸ ਤਰ੍ਹਾਂ ਦਾ ਵੀ ਇਹ ਕਿਹੜੀ ਗੱਲ ਹੈਗੀ ਹੈ, ਕਿਹੜੀ ਉਹ ਠੇਕੇਦਾਰੀ ਹੁੰਦੀ ਹੈ ਨਾ, ਵੀ ਵੱਡਾ ਹੋ ਕੇ ਜਾਂ ਹੋਰ ਵੱਡਾ ਬੁੱਢੇ ਹੋਣ ਦਾ ਕੋਈ ਪਤਾ ਨਹੀਂ, ਕਦੋਂ ਹੁਕਮ ਆ ਜਾਣਾ ਇਲਾਹੀ। ਵੀ ਇਸ ਕਰਕੇ ਜਦੋਂ ਮਨੁੱਖਾ ਜਨਮ ਮਿਲਿਆ, ਦੇਖੋ ਤੁਸੀਂ ਬਾਣੀ ਵਿੱਚ ਆਉਂਦਾ ਨਾ, ਆਇਓ ਸੁਣ ਪੜ੍ਹਨ ਕਹੋ ਬਾਣੀ, ਇਹਨੂੰ ਭੇਜਿਆ ਭਾਈ ਆਪਾਂ ਸੋਦਰ ਦਾ ਪਾਠ ਕਰਦੇ ਹਾਂ ਰੋਜ਼, ਉਹਦੇ ਵਿੱਚ ਦੇਖੋ ਭਾਈ ਪ੍ਰਾਪਤ ਮਾਨੁੱਖ ਦਿਹਰੀ ਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਬਰ ਕਾਜ ਤੇਰਾ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ, ਸਰੰਗ ਜਾਮ ਲਾਗ ਭਜ ਜਲ ਤਰਨ ਕਹਿ, ਜਨ ਬਿਰਥਾ ਜਾ ਤਰੰਗ ਮਾਇਆ ਕਹਿ ਰਹਾ ਹੋ, ਜਬ ਤਬ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਬਖਸ਼ਣ, ਭਾਵੇਂ ਛੋਟੇ ਬੱਚੇ ਨੇ, ਉਹਨਾਂ 'ਤੇ ਤਾਂ ਜਿਹੜੀਆਂ ਕੈਲਾਂ ਹੁੰਦੀਆਂ ਨੇ, ਉਹਨੂੰ ਆਪਾਂ ਜਦੋਂ ਪਿਉਂਦ ਚੜ੍ਹਾਉਂਦੇ ਹਾਂ ਬੇਰੀ ਨੂੰ, ਉਹ ਨਰਮ ਨੂੰ ਕਿੰਨੀ ਚੜ੍ਹਦੀ ਹੈ। ਜਿਹੜੇ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਗੁਰੂ ਵਾਲੇ ਬਣ ਜਾਂਦੇ ਨੇ, ਬਾਣੀ ਪੜ੍ਹਦੇ ਨੇ ਅਤੇ ਬਾਣੀ ਸੁਣਦੇ ਨੇ, ਉਹਦੇ 'ਤੇ ਅਮਲ ਕਰਦੇ ਨੇ। ਹਾਂ ਪਰ ਇੱਕ ਗੱਲ ਜ਼ਰੂਰ ਹੈ, ਸੱਚੇ ਪਾਤਸ਼ਾਹ ਦਾ ਹੁਕਮ ਹੈ, ਸੱਚਾ ਸਤਿਗੁਰ ਕਿਹਾ ਕਰੇ ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਜੇ ਬਾਣੀ ਸੁਣਨੀ ਹੈ, ਪੜ੍ਹਨੀ ਹੈ, ਅਮਲ ਨਹੀਂ ਕਰਨਾ, ਫਿਰ ਉਹਦਾ ਲਾਭ ਕੋਈ ਨਹੀਂ ਹੈਗਾ। ਸੱਚਾ ਸਤਿਗੁਰ ਇੱਕ ਥਾਂ ਹੁਕਮ ਆਉਂਦਾ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤ ਸਤ ਕਰ ਮਾਨੀ। ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਆਪ ਬੀਤੀ ਇੱਕ ਗੱਲ ਹੋਰ। ਮੇਰੇ ਬਾਬਾ ਜੀ ਸਾਧਾਂ ਦੇ ਉਪਾਸ਼ਕ ਸੇ, ਧੋਤੀ ਪਾਉਂਦੇ ਹੁੰਦੇ, ਉਹ ਕਹਿੰਦੇ ਭਾਈ ਬਾਣੀ ਪੜ੍ਹੀ ਹੋਈ ਸੀ ਸਾਧਾਂ ਕੋਲੋਂ, ਕਹਿੰਦੇ ਭਾਵੇ ਲਾਭੇ ਕੇਸ ਕਰ ਭਾਵੇ ਘਰ ਮੁੜਾਏ, ਕਹਿੰਦੇ ਕੋਈ ਫਰਕ ਨਹੀਂ ਪੈਂਦਾ, ਅਤੇ ਦੂਸਰੇ ਪੱਖ 'ਤੇ ਭਾਵੇਂ ਵੀ ਕੇਸ ਰੱਖੋ ਜਾਂ ਨਾ ਰੱਖੋ। ਫਿਰ ਭਾਈ ਭਾਈ ਵੀਰ ਸਿੰਘ ਦਾ ਜੋ ਥੋੜ੍ਹੀ ਜਿਹੀ ਸੂਝ ਆਈ ਅੰਮ੍ਰਿਤ ਛਕਿਆ, ਇਹਦੇ ਬਾਰੇ ਜਦੋਂ ਫਿਰ ਦੱਸੋ ਤੁਸੀਂ, ਇੱਕ ਬੰਦਾ ਇੱਕ ਥਾਂ ਕਹਿੰਦਾ ਵੀ ਭਾਈ ਸ਼ਰਾਬ ਨਾ ਪੀਵੋ, ਦੂਜੇ ਥਾਂ ਕਹਿੰਦਾ ਜਾ ਕੇ ਇਸ ਤਰ੍ਹਾਂ ਦਾ, ਅਤੇ ਅਗਲਾ ਕਹਿੰਦਾ ਇਹਦੀ ਕੋਈ ਕੀਮਤ ਹੈ, ਉੱਥੇ ਐਂ ਕਹਿੰਦਾ ਸੀ। ਹੁਣ ਕਬੀਰ ਸਾਹਿਬ ਵੀ ਗਾਹਾਂ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਜਾਏ। ਫਿਰ ਭਾਈ ਉਹ ਭਾਵੇਂ ਲਾਂਭੇ ਕੇਸ ਕਰ ਭਾਵੇਂ ਘਰ ਮੁੰਡਾਏ, ਇਹਦੇ ਅਰਥ ਵੀ ਧਿਆਨ ਨਾਲ ਸੁਣੋ। ਜਿਹੜੇ ਕੁਦਰਤ ਨੇ ਕੇਸ ਦਿੱਤੇ ਨੇ ਉਹਦਾ ਮੰਡਣਾ ਹੈ, ਖੰਡਨ ਨਹੀਂ ਹੈਗਾ। ਕੇਸਾਂ ਨੂੰ ਲੰਬੇ ਕਿਵੇਂ ਕਰਨਾ ਹੈ, ਜਟਾਂ ਲਾਉਣੀਆਂ ਨੇ, ਲਾਉਂਦੇ ਨੇ ਸਾਧ ਕਿੰਨੀਆਂ ਕਿੰਨੀਆਂ ਜਟਾਂ ਲਾਉਣੀਆਂ ਜਾਂ ਮਨਾਉਣੇ ਦੋਨਾਂ ਨੂੰ, ਜਿੱਥੇ ਕਿਹਾ ਨਾ ਕਬੀਰ ਸਾਹਿਬ ਕਹਿੰਦੇ ਨੇ ਭਾਵੇਂ ਲਾਂਭੇ ਕੇਸ ਕਰ ਭਾਵੇਂ ਘਰ ਮੁੰਡਾਏ, ਇਹ ਗੁਰੂ ਦੀ ਕਿਰਪਾ ਦੇ ਨਾਲ ਇਹ ਤੋਂ ਗਾਹਾਂ ਜਾ ਕੇ ਕਬੀਰ ਸਾਹਿਬ ਵੀ ਇਹ ਕਹਿੰਦੇ ਨੇ ਮਨ ਮੁੰਡਿਆ ਨਹੀਂ, ਉਹਦਾ ਅਰਥ ਇਹ ਬਣਦਾ। ਭਾਈ ਵੀਰ ਸਿੰਘ ਨੇ ਵੀ ਦੇਖ ਇਹਦੇ ਵਿੱਚ ਅਰਥ ਦੱਸੇ ਨੇ ਵੀ ਅਸਲੀ ਕੇਸਾਂ ਨੂੰ ਖੰਡਨ ਨਹੀਂ ਕੀਤਾ, ਉਹਨਾਂ ਨੂੰ ਜਟਾਂ ਲਾ ਕੇ ਵਧਾ ਲੈਣੇ ਅਤੇ ਬਾਕੀ ਜਾਂ ਅਸਲੀ ਨੂੰ ਮੁੰਡ ਦੇਣਾ, ਇਹ ਮਨ ਵਰਤ ਹੈ, ਇਹ ਵਜਰ ਕੁਰਹਿਤ ਹੈ ਇਸ ਤਰ੍ਹਾਂ ਦਾ। ਬਈ ਭਾਈ ਇਹ ਕਿਹੜੀ ਚੀਜ਼ ਹੈ, ਵੀ ਜਿਹੜੇ ਛੋਟੇ ਬੱਚੇ ਨੇ ਉਹਨਾਂ 'ਤੇ ਜ਼ਿਆਦਾ ਰੰਗ ਚੜ੍ਹਦਾ, ਤੁਹਾਨੂੰ ਪਤਾ ਹੀ ਆ ਆਪਾਂ ਉੱਥੇ ਪਤਾ ਜਦੋਂ ਬੇਰੀ ਨੂੰ ਪਿਉਂਦ ਕਰਨਾ, ਉਹ ਨਰਮ ਕੈਲ ਨੂੰ ਹੁੰਦਾ। ਵੀ ਜਿਹੜੇ ਬਚਪਨ ਜਿਨ੍ਹਾਂ ਨੂੰ ਭਾਈ ਅੰਮ੍ਰਿਤ ਦੀ ਦਾਤ ਮਿਲ ਗਈ, ਗੁਰਸਿੱਖ ਬਣ ਗਏ, ਫਿਰ ਉਹ ਡੋਲਦੇ ਥੋੜ੍ਹੇ ਨੇ। ਵੀ ਇਸ ਕਰਕੇ ਭਾਈ ਕਿਹੜੇ ਬੱਚੇ ਨੇ ਉਹਨਾਂ ਨੂੰ ਤਾਂ ਉਦੋਂ ਵੀ ਜ਼ਰੂਰੀ ਹੈ, ਵੀ ਉਹ ਜਦੋਂ ਅੰਮ੍ਰਿਤ ਛਕਣਗੇ ਗੁਰੂ ਵਾਲੇ ਬਣ ਗਏ, ਫਿਰ ਉਹ ਚੜ੍ਹਦੀ ਕਲਾਈ ਉਹਨਾਂ ਦੀ ਜ਼ਿੰਦਗੀ ਰਹੂ, ਜਿੱਥੇ ਵੀ ਜਾਣਗੇ ਭਲਾਈ ਭਲਾ, ਉਹਨਾਂ ਨੂੰ ਕੋਈ ਖਤਰਾ ਨਹੀਂ ਕਿਸੇ ਤਰ੍ਹਾਂ ਦਾ। ਠੀਕ ਹੈ। ਬਾਕੀ ਜਦੋਂ ਭਾਈ ਜੀਵਨ ਸਿੰਘ ਵਗੈਰਾ ਜਿਹੜੇ ਬਾਕੀ ਹੋਰ ਸਿੰਘ ਸੀਗੇ ਪੁਰਾਣੇ, ਦੇਖੋ ਤੁਸੀਂ ਗੱਲ ਹੋਰ ਹੈ, ਇੱਥੇ ਤੁਹਾਨੂੰ ਪਤਾ ਹੋਊ ਵੀ ਜਿਸ ਵੇਲੇ ਆ ਖਾਲਸਾ ਸਕੂਲ ਰੰਭਿਆ, ਮੈਂ ਤੁਹਾਨੂੰ ਦੱਸਦਾ ਵੀ ਮੇਰੇ ਕੋਲ ਫਿਰ ਉੱਥੇ ਮੈਂ ਬੇਰੀ ਤੋੜ ਕੇ ਆਇਆ, ਬਲਵੰਤ ਸਿੰਘ ਅਤੇ ਆਪਣੇ ਮਲਕ ਸਾਹਿਬ ਸੁਣੀਏ ਪਹੁੰਚੇ ਘਰੇ, ਉਹ ਕਹਿੰਦੇ ਆਪਾਂ ਗੁਰੂ ਦੀ ਕਿਰਪਾ ਨਾਲ ਇੱਥੇ ਖਾਲਸਾ ਸਕੂਲ ਰੰਭਣਾ ਅਤੇ ਅਖੰਡ ਪਾਠ ਸਮਾਗਮ ਕਰਾਉਣਾ,
कि तुसी उहदे च तुहानू एज ए पंजाबी टीचर रखना। क्यों? बलवंत सिंह दे पिंड मैं पढ़ाया, इहनू पता सी भी मेरे मास्टर जी ने किहड़े इह भी इस तरह का करके गुरु की कृपा दे नाल उत्थे इन्हां दे रिजल्ट टॉप दे हुंदे सारे इर्द गिर्द नाल भी इन्हां नू इत्थे रखीए। जदों मैं इन्हां दे बैठे बैठे ही ठेकेदार नू फोन करता जिन्हें पिक करना सी उहनू करता भी मैं भाई मैं कल नू नहीं आउणा, असीं खालसा स्कूल रंभणा इत्थे, मैं उत्थे अजे पंजाबी टीचर कम करना। ये हुण किहड़ी इहदे बारे मैं तुहानू दस्सां भी जिस वेले अखंड पाठ होया किराए ते लिया, उत्थे अखंड पाठ आरंभ हो गया तां उहदा भोग जदों पिया तां उह दास नू सेवा मिल गई, रौल मेरी सी। भाई जीवन सोहणिया ने सच्चे पातशाह की कृपा नाल अरदास करी समाप्ति वेले, उदों फिर सच्चे पातशाह ने भाई हुक्म बख्शिया तनासरी महला पंजवा जिस नू भाई भोग पिया, भोग की सेवा तां मेरे कोल मेरे तो लई गुरु ने, इन्हां ने अरदास करी ते फिर वह हुक्म आया सच्चे पातशाह तनासरी महला पंजवा औखी घड़ी ना देखन दे अपना बिरद संभाले, हाथ दे राखे अपने को सास सास परत पाले, परसों लाग रहे हो मेरा चीत आद अंत पर सदा सहाई तन हमारा मीत रहाओ, मन बिलास पे साहब अचरज देख बुढ़ाई, हर सिमर सिमर आनंद कर नानक प्रपून पैज रखाई। यह हुक्म आया उदू बाद मैं थोनू दसदा भी जिमें सत हों रास गुरुद्वारे उदो अकाल तख्त वाला हुक्म नहीं से, यह उदों की गल है, उत्थे कट्ठे हुए बैठे मैं भी बिच बैठा, उत्थे फिर गल्लां करदियां कि भी इहना भाई स्कूल चालू करिया ते भी उह चलू कि नहीं, अड्डो अड्डी कर मैं ठोके कहा मैं चढ़दी कला विच चलू च च ते बाकी उन्हां नूं मैं कहा भी आह हुक्म आया सी, तां इक भाई उह टीचर ही सी इधर खबर किहड़े इलाके दा, उह कहिंदा हुक्म दा की हुंदा, हुक्म दा कढ़िया कढ़ाया हुंदा। जदों इन्नी गल उहनें कही मैं कहा तुसीं सारिआं नूं नहीं कह सकदे, कोई कोई हो बंदा इहो जिहा किहड़ा घरदिआं नूं खुश करन करके हुक्म इस तरह का कढ लवे, पर मैं तो सारी जिंदगी मैं आ हुक्म आया तो भोग मैं पाया हुक्म मैं लिया, फिर कहिंदा जे तुसीं लिया तो ठीक है, तो ओहदे मन से आया। फिर इस तरह महा तुसीं दूजियां नूं भी सारे नूं नहीं निंद सकते, कोई ऐसा ग्रंथ ही हुंदा है किहड़ा भी घरदिआं नूं घरे खुश करन करके कढ लेवे, नहीं सारे इस तरह लैंदे ने महा जिंदगी। फिर कहिंदा ठीक है, ये थोनू मैं दसा भी इस तरह की खेड बनी। फिर उदू बाद भाई इतने केड़ा खालसा स्कूल, एक तो वो अपने प्रिंसीपल से की नाम से उन्हों का गुरदयाल गुरदयाल सिंह नील, एक ओह एक दास, तो मैं फिर उत्थे मेरे मन च ये गल आई बी तेनू मैनू $1,000 देंदे से बी इन्ना चिर 32-33 साल पढ़ाया उत्थे तनखाह लिया ने इतने धेला नहीं लेना, तो यह 1,000 मैनू देंदे से साइन करा लेने, वो दूसरे पाखे उदे ही डोनेशन च भर लेंदे से। गुरदयाल सिंह बड़े प्रसन्न हुए कहिंदे ठीक है गुरु की कृपा दे नाल, फिर जिन्ना चिर इत्थे इस तरह की सेवा रही फिर भाई कई घरां ते जांदे से वो अगला भेजदा नहीं सी भी चलू कि नहीं, इस तरह का हैगा सी। पहले साल फिर गुरु की कृपा नाल समझो तुसीं 86 विच रंभिया, तो उदों फिर 40-50 बच्चे होए, तो दास ने फिर जिन्ना चिर भाई सेवा करी गुरु की कृपा नाल ते तुर के जाना, तो सारा उस तरह का इत्थे सरी च वैनकूवर च ही रहिंदे से। तो दूसरे पक्ष ते नील उन्होंने भी नहीं ली पे, तो दास ने भी नहीं ली किन्ना चिर सेवा करी गुरु की कृपा नाल। उदू बाद तुसीं देख लो अज गुरु की कृपा दे नाल 3,000 तो उपर बच्चे ने, आपदियां बिल्डिंगां ने सारी वड्याई। वह हुक्म आरंभ में यह आया से औखी खड़ी ना देखण दी भी किन्नी वड्डी बख्श हुई है भाई जीवन सोहणिया नूं, जे कह दिए भी किहड़े इह खालसा स्कूल दे ते खालसा क्रैडिट यूनियन दे जिहड़े मतलब है बानी असल विच किहड़े हैगे ने उह भाई जीवन सोहणी ने, उहनां ने किड्डी वड्डी खेड सी गुरु की कृपा नाल। तुहानूं मैं इक गल होर दसदा, अपने घर अखंड पाठ समागम हुंदा सी उत्थे किहड़ा ट्रस्ट फरवाली है, उदों 2 पेज से उहदे मतलब सिलेबस दे, वह भाई सिंह नूं मैं इक्को गल ते कहे भी आह देखो जी, वह इन्ने खुश होए कहिंदे मैं तां इहदे च लख पाउणा। उदों पहलां मैं आपदे असीं दुन्नां ने जो काढ़ी साडी आपदी पे सी जां जमीन दी सी भी किसे बच्चे तों भी इक धेला नहीं लैणा, ते मेरे मन च भाई जीवन सिंह दा इन्ना असर सी तुसीं देख लो ध्यान नाल। जदों उहनां ने कहा यह गल कही कि ना पढ़ के मैं दे लख पाउणा, एक मिनट च मेरे ख्याल बदल गए। मैं फिर उन्होंने यही कहा भी की पता है तुसी लख मैनू इत्थे दे दिओ, मैं रात नूं मन च कहा चढ़ाई कर जा मेरे घर ही रह जाए पैसा।
ਉਹਨਾਂ ਨੇ ਜਦੋਂ ਕਿਹਾ ਮੈਂ ਕਿਹਾ ਤੇਰਾ ਸਕੂਲ ਥੋੜ੍ਹਾ ਹੈ ਨਾ, ਤੇਰਾ ਟਰੱਸਟ ਥੋੜ੍ਹਾ, ਇਹ ਤਾਂ ਕੌਮ ਦਾ ਹੈ। ਪਹਿਲਾਂ ਉਹਨਾਂ ਨੇ ਜਿਹੜੇ ਉੱਥੇ ਬਾਬੂ ਸਿੰਘ ਅਤੇ ਹੋਰ ਹੈਗੇ ਸੀ, ਉਹਨਾਂ ਨੇ ਇਹਦਾ ਨਾਂ ਰੱਖਤਾ ਪਹਿਲਾਂ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਉਹਨਾਂ ਦੇ ਪੁੱਤਰ ਨਾਂ 'ਤੇ ਸੀ। ਉਹ ਕਹਿੰਦੇ ਮਾਸਟਰ ਜੀ ਤੁਸੀਂ ਲੱਖ ਦੇ ਰਹੇ ਹੋ, 1990 ਦੀ ਗੱਲ ਹੈ, ਵੀ ਤੁਹਾਡਾ ਨਾਂ ਵਿੱਚ ਆਉਣਾ ਚਾਹੀਦਾ। ਉਹ ਨਰਿੰਦਰ ਸਿੰਘ ਬਡੁੰਦੀ ਮਾਸਟਰ ਜੀ ਦਾ ਲੜਕਾ, ਉਹ MABT ਸੀ। ਮੈਂ ਜਿਵੇਂ ਤੁਹਾਡੀ ਵਿਚਾਰ ਹੈ, ਮੈਂ ਉੱਥੇ ਗਿਆ ਸੀ 90 ਵਿੱਚ, ਉਹਨਾਂ ਨੇ ਫਿਰ ਇਹਦਾ ਨਾਂ ਰੱਖਤਾ ਭਾਈ ਉਜਾਗਰ ਸਿੰਘ ਖਾਲਸਾ ਗੁਰਮਤਿ ਪ੍ਰਚਾਰ ਟਰੱਸਟ ਗੜਵਾਲੀ। ਜਦੋਂ ਇਹ ਰੱਖਤਾ ਉਦੋਂ ਬਾਅਦ ਫਿਰ ਮੈਨੂੰ ਉਹ ਗਿਆਨੀ ਗੁਰਦਿੱਤ ਸਿੰਘ ਮਿੱਠਿਆਲ ਉਹਨਾਂ ਨੇ ਜਰਾ ਕਰਾ ਦਿੱਤੀ ਵੀ ਥੋੜ੍ਹੀ ਜਿਹੀ ਜਿਹਦੇ ਸੁਧਾਰ ਹੋ ਜੇ। ਫਿਰ ਭਾਈ ਚੰਡੀਗੜ੍ਹ ਤੋਂ ਗੁਰੂ ਦੀ ਕਿਰਪਾ ਨਾਲ ਇਹਦੇ ਵਿੱਚ ਅਮੈਂਡਮੈਂਟ ਹੋਈ ਦੁਬਾਰਾ, 34 ਲੱਖ ਦੀਆਂ ਉਦੋਂ ਬਣੀਆਂ ਸੀਆਂ। ਫਿਰ ਹੁਣ ਇਹਦਾ ਨਾਂ ਹੈਗਾ ਗੁਰਮਤਿ ਪ੍ਰਚਾਰ ਟਰੱਸਟ ਰਜਿਸਟਰ ਫਰਵਾਲੀ, ਸੰਸਥਾਪਕ ਭਾਈ ਉਜਾਗਰ ਸਿੰਘ ਖਾਲਸਾ। ਜਿਵੇਂ ਬੁੱਕ 'ਤੇ ਸੰਸਥਾਪਕ ਲਿਖਦੇ ਆ ਨਾ, ਉਸ ਤਰ੍ਹਾਂ ਲਿਖਿਆ। ਅਤੇ ਪਹਿਲਾਂ ਹੈਗਾ ਸੀ ਉਹ ਸਾਰੀਆਂ FDਆਂ ਕਿਹੜੀਆਂ ਹੈਗੀਆਂ ਸੀਆਂ, ਇੱਕ ਉਹ ਫਿਰੋ ਰਾਈ ਦਾ ਹੈਗਾ ਸੀ, ਉਹ ਮੇਰਾ ਮਿੱਤਰ ਸੀ ਸੁਰਿੰਦਰ ਸਿੰਘ, ਅਤੇ ਮੈਂ ਉਹ ਕਿਹਾ ਵੀ ਐਂ ਚੰਡੀਗੜ੍ਹ ਭਾਈ ਇਹਦੇ ਅਮੈਂਡਮੈਂਟ ਕਰਾਉਣੀ ਹੈ। ਉਹ ਬੜਾ ਖੁਸ਼ ਹੋਇਆ, ਉਹ ਕਹਿੰਦਾ ਕਿਉਂ ਕਲਰਕਾਂ ਦੀ ਕਲਰਕ ਮੰਨ ਲੈਂਦੇ ਨੇ, ਹੁਣ ਤਾਂ ਤਹਿਸੀਲ ਲੈਵਲ 'ਤੇ ਅਧਿਕਾਰ ਮਿਲੇ ਹੋਏ ਨੇ। ਉਹ ਕਹਿੰਦਾ ਤੁਸੀਂ ਫਿਕਰ ਨਾ ਕਰੋ, ਤੁਸੀਂ ਇੰਨਾ ਕੁਝ ਕਰਦੇ ਹੋ, ਮੈਂ ਇੰਨਾ ਵੀ ਨਹੀਂ ਕਰ ਸਕਦਾ। ਉਹਨੇ ਫਿਰ ਭਾਈ ਇੱਥੋਂ ਮਤੇ ਪਾ ਕੇ ਅਸੀਂ ਭੇਜਤੇ, ਅਤੇ ਹੁਣ ਇਹਦਾ ਅਮੈਂਡਮੈਂਟ 34 ਲੱਖ ਦੀਆਂ ਸਾਰੀਆਂ FDਆਂ ਕਿਹੜੀਆਂ ਪਹਿਲੀਆਂ ਸੀਆਂ ਉਹ ਚੇਂਜ ਹੋ ਗਈਆਂ, ਕਿਹੜੀਆਂ ਹੁਣ ਇਹਦਾ ਨਾਂ। ਫਿਰ ਭਾਈ ਸੋਨੇ ਜਦੋਂ ਕਿਹਾ, ਫਿਰ ਕਈ ਨੂੰ ਮੈਂ ਪਹਿਲਾਂ ਰੋਕਿਆ ਸੀ, ਗਿਆਨੀ ਇੱਕ ਬ੍ਰਹਿਮ ਸਿੰਘ ਹੋਰ, ਮੈਂ ਕਿਹਾ ਨਾ ਕਿਸੇ ਦਾ ਨਹੀਂ ਹਿੱਸਾ ਪਾਉਣਾ। ਫਿਰ ਮੈਂ ਕਿ ਇਹਨਾਂ ਨੂੰ ਰੋਕਿਆ ਸੀ, ਉਹਨਾਂ ਨੂੰ ਕਿਹਾ ਵੀ ਤੁਹਾਡੀ ਰੁਚੀ ਆ ਹੁਣ। ਉਦੋਂ ਬਾਅਦ ਗੁਰੂ ਦੀ ਕਿਰਪਾ ਨਾਲ ਹੁਣ ਇਹ 3 ਇਨਕਮਾਂ ਨੇ ਇਹਦੀਆਂ, ਇੱਕ ਤਾਂ ਦਾਸ ਵੱਲੋਂ ਪਰਿਵਾਰ ਵੱਲੋਂ, ਜਿਹੜਾ ਇੱਕ ਕਿਹੜੀ ਉਹ ਸਾਲਾਨਾ ਸਮਾਗਮ ਕਰਦੇ ਨੇ, ਕੋਈ ਬੱਚਤ ਹੋ ਜਾਂਦੀ ਉਹਦੀ FD ਬਣ ਜਾਂਦੀ ਹੈ। ਕਈ ਨੇ ਇਸ ਤਰ੍ਹਾਂ ਦਾ ਹੁਣ ਉਹ ਦੁਸਾਂਝ ਦੇ ਚੜ੍ਹਾਈ ਕਰੀ, ਅਤੇ ਉਹਨਾਂ ਦੀ ਜਿਹੜੀ ਹੈਗੀ ਸੀ ਮਤਲਬ ਹੈ ਸੱਸ ਕਹਿ ਲਓ, ਉਹ ਬੜੀ ਪ੍ਰੇਮ, ਅਤੇ ਜਿਸ ਵੇਲੇ ਇੱਥੇ ਆਏ ਤਾਂ ਉਹਨਾਂ ਨੇ ਭਾਈ ਜੀਵਨ ਸੋਹਣੇ ਨੇ ਕਿਹਾ ਵੀ ਮਾਸਟਰ ਜੀ ਕੋਲ ਆਇਆ ਕਰੋ, ਤੁਸੀਂ ਪੜ੍ਹੋ। ਉਹ ਮੇਰੇ ਕੋਲ ਫਿਰ ਸੰਤਿਆ ਲੈਂਦੇ ਰਹੇ। ਇੱਕ ਵਾਰੀ ਉਹਨਾਂ ਨੇ ਲੱਖ ਡੇਢ ਲੱਖ ਮੇਰੀ ਜੇਬ 'ਚ ਪਾਤਾ। ਜਿਉਂ ਕੰਮ ਚੱਲਿਆ ਫਿਰ ਹੋਰ ਇਸ ਤਰ੍ਹਾਂ ਦਾ, ਹੁਣ 3 ਇਨਕਮਾਂ ਨੇ ਇਹਦੀਆਂ ਗੁਰੂ ਦੀ ਕਿਰਪਾ ਨਾਲ, ਇੱਕ ਤਾਂ ਦਾਸ ਵੱਲੋਂ, ਇੱਕ ਸਮਝ ਲਓ ਤੁਸੀਂ ਵੀ ਜਿਨ੍ਹਾਂ ਨੇ ਜਦੋਂ ਭਾਈ ਜੀਵਨ ਸਿੰਘ ਨੇ ਚੇਂਜ ਕਰਤੀ ਇਹ ਗੱਲ, ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਤਰ੍ਹਾਂ ਦਾ ਕਰਕੇ ਮੈਂ ਤਾਂ ਜਪਾਉਣਾ, ਮੈਂ ਤੁਸੀਂ ਸਿੱਧਾ ਸਟੇਟ ਬੈਂਕ 'ਚ। ਫਿਰ ਉਹ ਪਤਾ ਨਹੀਂ ਮੈਨੂੰ ਕੈਲੀਫੋਰਨੀਆ ਕੰਪਨੀ ਕਿੱਥੇ, ਕਹਿੰਦੇ ਮਾਸਟਰ ਜੀ ਅਕਾਊਂਟ ਆ ਨੰਬਰ ਆ ਗਿਆ। ਫਿਰ ਉਹਨਾਂ ਨੂੰ ਦੱਸਿਆ, ਉਹਨਾਂ ਨੇ ਫਿਰ ਸਿੱਧਾ 35 ਕੰਪਨੀ ਕਿੰਨਾ ਭੇਜਿਆ। ਅਤੇ ਇਸ ਤਰ੍ਹਾਂ ਦਾ ਕਰਕੇ ਵੀ ਇਹ ਫਿਰ ਉਦੋਂ ਬਾਅਦ ਭਾਈ ਜਿਉਂ ਚੱਲਿਆ, ਅੱਜ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਦੱਸਦਾ 95 ਲੱਖ ਦੀਆਂ FDਆਂ ਬਣੀਆਂ ਹੋਈਆਂ ਨੇ, 41 ਲੱਖ ਗੁਰੂ ਦੀ ਕਿਰਪਾ ਦੇ ਨਾਲ ਸਮਝ ਤੁਸੀਂ ਹਾਲ 'ਤੇ ਲੱਗਿਆ। ਅਤੇ ਬਾਕੀ ਹੋਰ ਇਸ ਤਰ੍ਹਾਂ ਦਾ ਇੱਕ ਵਿਧਾ ਉਹ ਹੈਗਾ, ਪਹਿਲਾਂ ਕੰਪਨੀਆਂ ਦਾ ਖਰਚ ਜੋ ਕੁਝ ਹੈ 1.5-2 ਕਰੋੜ ਬਣ ਗਿਆ। ਮੇਰੇ ਮਨ 'ਚ ਸੀ ਮੇਰੇ ਕੋਲ 1 ਲੱਖ ਹੋਵੇ ਬੱਚਿਆਂ ਨੂੰ ਇੰਨਾ, ਕਿਉਂ ਆਰੰਭ ਉੱਥੋਂ ਹੋਇਆ ਕਿਹੜਾ, ਮੈਨੂੰ ਚੌਥੀ ਵਿੱਚੋਂ ਫਸਟ ਨਿਕਲਿਆ ਮੈਂ ਜ਼ਿਲ੍ਹਾ ਫੂਲ ਵਿੱਚੋਂ, ਉਹ 96 ਰੁਪਈਏ ਮਿਲੇ ਉਹਨਾਂ ਨੇ ਮੈਨੂੰ ਜਗਾਇਆ ਵੀ ਤੈਨੂੰ ਪੱਬ ਨਹੀਂ ਲੱਗਦਾ ਸੀ ਖੁਸ਼ੀ ਵੀ ਤੂੰ ਵੀ ਐਸਾ ਕੰਮ ਕਰ। ਇਹ ਪ੍ਰੇਰਨਾ ਉੱਥੋਂ ਉੱਠੀ ਗੁਰੂ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦਾ। ਆ ਤੁਹਾਨੂੰ ਸ਼੍ਰੀ ਸਾਹਿਬ ਬਾਰੇ ਦੱਸਿਆ ਵੀ ਮੇਰੇ ਨਾਲ ਕਿਹੜੀਆਂ 2-3 ਇਹ ਬੀਤੀਆਂ ਨੇ। ਜਦੋਂ ਕੁਮਾਰ ਹਣ ਜਾਵੇ ਉਹ ਕਹੇ ਤੂੰ ਕਾਕਾ ਹੁਣ ਹੀ ਭਾਈ ਬਣ ਗਿਆ। ਮੈਂ ਤੇਰਾ ਤੁਸੀਂ ਗੱਲ ਤੋਂ ਇਹ ਭਾਈ ਕਿਹੜੇ ਉਹਨਾਂ ਲਈ ਠੇਕਾ ਲੱਗਿਆ ਵੀ ਕਿਹੜੇ ਗ੍ਰੰਥੀ ਗੁਰਦੁਆਰੇ ਹੋਣ ਜਾਂ ਕੀਰਤਨ ਕਰਨੇ, ਤਾਂ ਹਰ ਇੱਕ ਲਈ ਰਹਿਤ ਬਹਿਤ ਹੈ। ਵਾਲੇ ਲੋਕ ਤਾਂ ਇਹ ਸਮਝਦੇ ਨੇ ਵੀ ਕਿਹੜੇ ਰਾਗੀ ਨੇ ਜਾਂ ਢਾਡੀ ਨੇ, ਇਹੀ ਇਸ ਤਰ੍ਹਾਂ ਦੇ ਨੇ, ਬਾਕੀ ਵਾਕਿਆ ਨੂੰ ਲੋਕ ਨਹੀਂ ਕੋਈ ਰਹਿਤ ਭਾਈ ਜਾਂ ਕਿ ਰਹਿਤ ਨੇ ਜਾਣੀਆਂ। ਗੁਰਬਾਣੀ ਨੇ ਰੀਤ ਤਾਂ ਕਿ ਭੋਜਨ ਖਾ ਕੇ ਥਾਂ ਥਾਂ ਸੱਚੇ ਪਾਤਸ਼ਾਹ ਦੇ ਹੁਕਮ ਆਉਂਦੇ ਨੇ, ਹਰ ਇੱਕ ਲਈ ਹੈ ਵੀ ਉਹ ਅੰਮ੍ਰਿਤ ਛਕੇ ਗੁਰੂ ਵਾਲਾ ਬਣੇ। ਅਤੇ ਫਿਰ ਉਹਦੇ ਮਗਰ ਬਾਣੀ 'ਚ ਆਉਂਦਾ ਬ੍ਰਹਮ ਬਿੰਦੈ ਬ੍ਰਹਮ ਤਰਹਿ ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ। ਕਿਹੜੇ ਗੁਰੂ ਦੇ ਬਣ ਕੇ ਚੱਲਦੇ ਨੇ, ਕਿਹੜੀ ਮਾਇਆ ਹੈ, ਇਹ ਤਾਂ ਇੱਕ ਥਾਂ ਹੋਰ ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ ਇਸਕੀ ਸੇਵਾ ਜੋ ਸੋ ਜੋ ਕਰੇ ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾੜੂ ਤਿੰਨ ਦਲ ਮਲ ਲਾਈ, ਜਿਹੜੇ ਗੁਰਮੁਖ ਨੇ ਉਹ ਪੈਰਾਂ ਦੇ ਨਾਲ ਆਉਂਦਾ ਨਾ, ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੁੱਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਜਿਹੜੇ ਭਾਈ ਇਹਨੂੰ ਤਿਆਗਦੇ ਨੇ ਅਤੇ ਗੁਰੂ ਵਾਲੇ ਬਣਦੇ ਨੇ ਉਹਨਾਂ ਦੇ ਮਗਰ ਭੱਜੀ ਫਿਰਦੀ ਹੈ। ਕਿਹੜੇ ਮਾਇਆ ਨਾਲ ਹੀ ਪਿਆਰ ਕਰਦੇ ਨੇ, ਇੱਕ ਤੁਹਾਨੂੰ ਸੱਚੇ ਪਾਤਸ਼ਾਹ ਪੌੜੀ ਚਾਹੁੰਦੇ ਨੇ, ਧਿਆਨ ਨਾਲ ਸੁਣਿਓ। ਤਨ ਸੰਪੈ ਮਾਇਆ ਸਾਂਚੀ ਹੈ ਅੰਤੇ ਦੁੱਖਦਾਈ, ਘਰ ਮੰਦਿਰ ਮਹਿਲ ਸਵਾਰੀਏ ਕਿ ਸਾਥ ਨਾ ਜਾਈ,
ਹਰ ਰੰਗ ਤੁਰੀ ਨਿਤ ਪਾਲੀਏ ਕਿਤੇ ਕੰਮ ਨਾ ਆਈ ਜਾਂ ਲਾਭ ਚਿੱਤ ਹਰਨਾਮ ਸਿਉਂ ਅੰਤੇ ਹੋਏ ਸਿਖਾਈ ਨਾਲੇ ਤੇਰੇ ਅੰਤ ਸਿਖਾਈ ਹੋਊ ਨਾਲੇ ਤੇਰੇ ਕਾਰਜ ਆਏ ਕਿਹੜੇ ਹੈਗੇ ਨੇ ਆਪੇ ਭੱਜ ਭੱਜ ਪੂਰੇ ਹੁੰਦੇ ਨੇ ਜਿਹੜੇ ਗੁਰੂ ਵਾਲੇ ਬਣਦੇ ਨੇ ਜਿਹੜੇ ਸਿਰਫ ਸੱਚੇ ਪਾਤਸ਼ਾਹ ਨੂੰ ਬਾਣੀ ਅਤੇ ਸਿਮਰ ਨੂੰ ਛੱਡ ਕੇ ਅੰਮ੍ਰਿਤ ਨੂੰ ਧੱਕੇ ਖਾਂਦੇ ਨੇ ਉਹਨਾਂ ਵਾਸਤੇ ਤਾਂ ਧੱਕੇ ਹੀ ਧੱਕੇ ਨੇ। ਜਦੋਂ ਮਨੁੱਖਾ ਜਨਮ ਕਿਹੜਾ ਮਿਲਿਆ ਕਾਹਦੇ ਵਾਸਤੇ ਆਇਓ ਸੁਣ ਪੜ੍ਹਨ ਕੋ ਬਾਣੀ ਇਹ ਮਨੁੱਖਾ ਜਨਮ ਤੁਹਾਨੂੰ ਪਤਾ ਹੈ ਇੱਕ ਥਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਪੌੜੀ ਛੁੜਕੀ ਹਾਥ ਨਾਪ ਹੈ ਪਹਿਲਾ ਜਨਮ ਗਵਾ ਬਣਿਆ। ਜੇ ਇਹ ਮਨੁੱਖਾ ਜਨਮ ਐਵੇਂ ਚੱਲਿਆ ਗਿਆ ਨਾ ਫਿਰ ਕੀ ਹੋਊ 42 ਲੱਖ ਜੀ ਜਨਮੇ ਹੋ ਅਤੇ ਬੀਟਲ ਪਹਿਲਾ 84 ਲੱਖ ਦੀ ਜੂਨ ਵਿੱਚ ਇਹ ਧੱਕੇ ਖਾਂਦਾ ਫਿਰੂ। ਜੇ ਗੁਰੂ ਵਾਲਾ ਬਣ ਗਿਆ ਫਿਰ ਭਾਈ ਗੁਰੂ ਤਾਂ ਆਪਦੇ ਚਰਨਾਂ ਦੇ ਨਾਲ ਲਾ ਕੇ ਸੱਚੇ ਪਾਤਸ਼ਾਹ ਜਿਨ ਜਲ ਮੈਂ ਜਲਾਈ ਖਟਾਨਾ ਤੋਂ ਜੋਤੀ ਸੰਗ ਫਿਰ ਉਹ ਸਟੇਜ ਬਣ ਜਾਂਦੀ ਹੈ। ਜਿਹਨੇ ਹੈ ਹੁਣ ਆਪਾਂ ਰੋਜ਼ ਕੰਮ ਕਰਦੇ ਹਾਂ ਮਾਇਆ ਇਕੱਠੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਜਨਮ 'ਚ ਹੋਊ ਦੋ 'ਚ ਹੋਊ ਤਿੰਨ 'ਚ ਹੋਊ ਸੱਚੇ ਪਾਤਸ਼ਾਹ ਮੁੜ ਮੁੜ ਕੇ ਭਾਈ ਜਿਹੜਾ ਗੁਰਸਿੱਖ ਬਣ ਗਿਆ ਉਹਨੂੰ ਜੀਵਨ ਮਿਲਣਗੇ ਗੁਰਸਿੱਖਾਂ ਦੇ ਘਰੀ ਵੀ ਗੁਰੂ ਕਿਰਪਾ ਕਰੂ। ਫਿਰ ਜਦੋਂ ਖੇਡ ਪੂਰੀ ਹੋ ਗਈ ਫਿਰ ਤਾਂ ਉਹਦਾ ਰੂਪ ਹੈ ਸੱਚੇ ਪਾਤਸ਼ਾਹ ਦਾ ਜਿਹੜੀ ਆਤਮਾ ਹੈ ਉਹ ਤਾਂ ਮਰ ਹੈ ਇਹਨੇ ਮਰਨਾ ਥੋੜ੍ਹਾ ਤੱਤ ਤੱਤਾਂ 'ਚ ਜਾ ਮਿਲਦੇ ਨੇ ਵੀ ਇਸ ਤਰ੍ਹਾਂ ਭਾਈ ਜਿਹਦੇ 'ਤੇ ਭਾਈ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਬਖਸ਼ਿਸ਼ ਕਰਨ ਉਹਨੂੰ ਭਾਈ ਜਿਹਨੂੰ ਸਿੱਖੀ ਮਿਲ ਗਈ ਨਾ ਉਹਦਾ ਸਭ ਤੋਂ ਵੱਡੇ ਭਾਗ ਨੇ ਚੜ੍ਹਦੀਆਂ ਕਲਾ ਨੇ ਸੱਚੇ ਪਾਤਸ਼ਾਹ ਕਿਰਪਾ ਕਰ। ਨੌਜਵਾਨ ਕਿਹੜੇ ਬੱਚੇ ਬੱਚੀਆਂ ਨੇ ਭਾਈ ਉਹਨਾਂ ਲਈ ਤਾਂ ਉਦੋਂ ਵੀ ਜ਼ਰੂਰ ਹੈ ਜੇ ਜਿਵੇਂ ਮੈਂ ਤੁਹਾਨੂੰ ਬੇਨਤੀ ਕਰੀ ਹੈ ਨਾ ਵੀ ਜਦੋਂ ਬੇਰੀ ਨੂੰ ਪਿਉਂਦ ਦੇਣੀ ਹੈ ਨਰਮ ਕੈਲ ਨੂੰ ਦਿੱਤੀ ਜਾਂਦੀ ਹੈ ਜਿਹੜੀ ਸਖਤ ਹੁੰਦੀ ਹੈ ਉਹ ਫਿਰ ਉਹ ਗੱਲ ਨਹੀਂ ਬਣਦੀ ਹੈਗੀ। ਇਸ ਕਰਕੇ ਭਾਈ ਕਿਹੜੇ ਬੱਚੇ ਨੇ ਸਾਡੇ ਉਹਨਾਂ ਨੂੰ ਇਹੀ ਹੈ ਪਰ ਅੱਜ ਦਾ ਕਿਹੜਾ ਸਮਾਂ ਉਹ ਬੜਾ ਕਲਯੁੱਗ ਦਾ ਪੈੜਾ ਹੈ ਕਿਉਂ ਇੱਧਰਲੇ ਪਾਸੇ ਧਿਆਨ ਹੀ ਵਿਰਲਿਆਂ ਦਾ ਹੈ ਅਤੇ ਕਿਹੜੀ ਸਭ ਤੋਂ ਵੱਡੀ ਗੱਲ ਹੈ ਨਾਲ ਜਾਣੀ ਹੈ ਉਹਨੂੰ ਛੱਡੀ ਬੈਠੇ ਹਾਂ ਬਾਕੀ 'ਚ ਅਸੀਂ ਖਤਮ ਹੋਈ ਜਾਂਦੇ ਹਾਂ। ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਜਿਹੜੇ ਗੁਰਸਿੱਖ ਨੇ ਉਹ ਪ੍ਰੇਰਨਾ ਕਰਕੇ ਆਪਦੇ ਬੱਚੇ ਜਿਹਦੇ ਬੱਚੇ ਗੁਰਸਿੱਖ ਬਣ ਗਏ ਉਹਨੇ ਸਭ ਕੁਝ ਖੱਟ ਲਿਆ ਜਿਹੜੇ ਭਾਈ ਕੁਰਾਹੇ ਪੈ ਗਏ ਉਹਨਾਂ ਨੇ ਸਾਰਾ ਕੁਝ ਬਰਬਾਦ ਕਰ ਲਿਆ। ਸੱਚੇ ਪਾਤਸ਼ਾਹ ਕਿਰਪਾ ਕਰਨ ਭਾਈ ਕਿਹੜੇ ਨੌਜਵਾਨ ਛੋਟੇ ਵੱਡੇ ਬੱਚੇ ਨੇ ਸਾਰੇ ਗੁਰੂ ਵਾਲੇ ਬਣ ਕੇ ਲੇਕਿਨ ਥਾਂ ਥਾਂ ਬੜੇ ਹੁਕਮ ਕੱਢੇ ਨੇ ਸਤਿਗੁਰੂ ਵਜੋਂ ਗੁਰੂ ਨਹੀਂ ਕੋਈ ਨਗੁਰੇ ਕਹੇ ਨੌ ਬੁਰਾ ਸਹਿਸ ਕਰਤੀ 'ਚ ਸਹਿਸ ਕਰਤੀ ਗੁਰਬਾਣੀ 'ਚ ਆਉਂਦਾ ਨਾ ਗੁਰਮੰਤਰਹੀਣ ਸੁਪ੍ਰਾਣੀ ਤਿਰਗੰਤ ਜਨਮ ਪ੍ਰਿਸ਼ਨ ਹੈ ਕੁੱਕਰ ਹੈ ਸੂਕਰ ਹੈ ਗਰਭ ਹੈ ਕੱਕ ਹੈ ਸਰਪਣ ਹੈ ਫੁਲਖਲ ਹੈ ਉਹ ਕੁੱਕਰ ਅਤੇ ਕੁੱਤੇ ਬਿੱਲੇ ਇਸ ਤਰ੍ਹਾਂ ਦੇ ਜੂਨਾਂ 'ਚ ਭਾਈ ਭਟਕਦੇ ਨੇ ਜਿਹੜੇ ਗੁਰੂ ਵਾਲੇ ਬਣ ਕੇ ਚੱਲਦੇ ਨੇ ਉਹ ਗੁਰੂ ਦਾ ਉਹਨਾਂ ਦੇ ਭਾਈ ਸਿਰ 'ਤੇ ਹੱਥ ਹੁੰਦਾ ਚੱਲਦੀ। ਅਖੀਰ ਦੇ ਵਿੱਚ ਜਿਵੇਂ ਪ੍ਰਚਾਰ ਦੀ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਪ੍ਰਚਾਰ ਦਾ ਘਾਟ ਜਿਹਨਾਂ ਦਾ ਜੀਵਨ ਨਹੀਂ ਹੁੰਦਾ ਅਤੇ ਤੁਸੀਂ ਥੋੜ੍ਹਾ ਦੱਸ ਸਕਦੇ ਜਦੋਂ ਤੁਸੀਂ ਆਏ ਆ ਪ੍ਰਚਾਰ ਦੀ ਲਹਿਰ ਭਾਈ ਜੀਵਨ ਸਿੰਘ ਭਾਈ ਮਹਿੰਦਰ ਸਿੰਘ ਐਸਟੀਓ ਹੋਰ ਚੇਤੇ ਸਿੰਘਾਂ ਨੇ ਸ਼ੁਰੂ ਤੋਂ ਉਹਦਾ ਥੋੜ੍ਹਾ ਜਿਹਾ ਦੇਖੋ ਗੱਲ ਹੋਰ ਹੈ ਹੁਣ ਭਾਈ ਜੀਵਨ ਸੋਹਣੀਆਂ ਵਿੱਚ ਐਡੀ ਵੱਡੀ ਖੇਡ ਸੀ ਇੱਕ ਵਾਰੀ ਉਹ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ ਜਿਹੜੀ ਮੇਰੇ ਨਾਲ ਬੀਤੀ ਹੈ ਇੱਧਰ ਸਮਾਗਮ ਸੀ ਕੈਲੀਫੋਰਨੀਆ ਅਤੇ ਉਹ ਕਹਿੰਦੇ ਮਾਸਟਰ ਜੀ ਚਲੋ ਉੱਥੇ ਅਖੰਡ ਪਾਠ ਸਮਾਗਮ ਹੈ ਮੈਂ ਉਹਨਾਂ ਨੂੰ ਇੱਕ ਗੱਲ ਬੇਨਤੀ ਕਰਤੀ ਮੈਂ ਕਿਹਾ ਇਹ ਗੱਲ ਹੈ ਜੀ ਵੀ ਮੇਰਾ ਆਪ ਦਾ ਅਸੂਲ ਹੈ ਵੀ ਜਿਹੜਾ ਤੁਸੀਂ ਬੱਸਾਂ ਦਾ ਕਿਰਾਇਆ ਹੈ ਉਹ ਤੁਸੀਂ ਆਪਦਾ ਜੀ ਸਦ ਕੇ ਦੇ ਦਿਓ ਜਿਹੜਾ ਮੈਂ ਆਪਦਾ ਟਿਕਟ ਦਿਉਂ ਕਹਿੰਦੇ ਕੋਈ ਨਾ ਜਿਵੇਂ ਭਾਈ ਤੇਰੀ ਰੁਚੀ ਹੈ ਗੁਰੂ ਦੀ ਕਿਰਪਾ ਨਾਲ ਅਸੀਂ ਗਏ ਸਮਾਗਮ 'ਤੇ ਕੈਲੀਫੋਰਨੀਆ ਦੀ ਗੱਲ ਕਰਦੇ ਹਾਂ ਵੀ ਉਹਨਾਂ ਦਾ ਕਿਹੜਾ ਹੈਗਾ ਸੀ ਉਹਨਾਂ ਦਾ ਜੀਵਨ ਭਾਈ ਜੀਵਨ ਸੋਹਣੇ ਦਾ ਤਾਂ ਕਿਹੜਾ ਨੌਂ ਜੀਵਨ ਸਿਉਂ ਰੱਖਿਆ ਜੀਵਨ ਹੀ ਸੀ ਆਉਂਦਾ ਨਾ ਬਾਣੀ 'ਚ ਜਲ ਜਾਓ ਜੀਵਨ ਨਾਮ ਬਿਨਾਂ ਉਹਨਾਂ ਨੂੰ ਮਾਇਆ ਨਾਲ ਕੋਈ ਖਿੱਚ ਨਹੀਂ ਸੀ ਕਿਸੇ ਨੇ ਕਰਤੀ ਤਾਂ ਉਹ ਪਤਾ ਨਹੀਂ ਕਿਹੜੇ ਪਾਸੇ ਦੂਜੇ ਪਾਸੇ ਉੱਧਰ ਲਾ ਦੇਣਾ ਫਿਰ ਉਹ ਭਾਈ ਤੁਹਾਨੂੰ ਮੈਂ ਦੱਸਿਆ ਇੱਕ ਵਾਰੀ ਫਰਵਾਹੀ ਟਰੱਸਟ ਦੇ ਸਮਾਗਮ 'ਤੇ ਭੈਣ ਜੀ ਵੀ ਗਏ ਜੋਗਿੰਦਰ ਕੌਰ ਉਹਨਾਂ ਦੇ ਘਰੋਂ ਅਤੇ ਉਹ ਆਪ ਵੀ ਗਏ ਗੁਰੂ ਦੀ ਕਿਰਪਾ ਨਾਲ ਉਹਨਾਂ ਨੇ ਅਰਦਾਸ ਬੇਨਤੀ ਕਰੀ ਵੀ ਇਸ ਤਰ੍ਹਾਂ ਦਾ ਭਾਈ ਜੀਵਨ ਸੋਹਣਾ ਦਾ ਤਾਂ ਮਾਇਆ ਦੇ ਨਾਲ ਆਉਂਦੀ ਸੀ ਅਤੇ ਉਹਦੀ ਧੱਕ ਦਿੰਦੇ ਸੀ ਦੂਜੇ ਪਾਸੇ। ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਬੀਤੀ ਗੱਲ ਭਾਈ ਉਦੇ ਸਿੰਘ ਜਿਹੜੇ ਪ੍ਰੋਫੈਸਰ ਸੀ ਉੱਥੇ ਟੋਰਾਂਟੋ ਉਹ ਇੱਕ ਮੇਰਾ ਇੱਕ ਹਰਬੰਸ ਸਿੰਘ ਦਾ ਦੋਨਾਂ ਦਾ ਟਿਕਟ ਲੈ ਕੇ ਆ ਗਏ ਵੀ ਉੱਥੇ ਅੰਮ੍ਰਿਤ ਸੰਚਾਰ ਸਮਾਗਮ ਹੋਣਾ ਤੁਸੀਂ ਚੱਲੋ। ਜਦੋਂ ਉਹਨਾਂ ਨੇ ਟਿਕਟ ਲੈ ਕੇ ਮੈਨੂੰ ਮੇਰੇ ਨਾਲ ਗੱਲ ਕਰੀ ਮੈਂ ਉਹਨਾਂ ਨੂੰ ਫਿਰ ਕੋਈ ਗੱਲ ਕਰੀ ਮੈਂ ਮੈਂ ਨਹੀਂ ਜਾਣਾ ਕਹਿੰਦੇ ਕਿਉਂ ਮੈਂ ਤੁਸੀਂ ਟਿਕਟ ਮੇਰਾ ਕਿਉਂ ਜਾਂਦਾ ਮੈਂ ਮੇਰਾ ਤਾਂ ਇਹ ਅਸੂਲ ਹੈ ਵੀ ਇਹ ਤਾਂ ਕਿਹੜੇ ਗ੍ਰਿਸ਼ਤੀ ਨੇ
ਉਹਨਾਂ ਦਾ ਫਰਜ਼ ਨਹੀਂ ਕਿਹੜੇ 24 ਘੰਟੇ ਸੇਵਾ ਕਰਦੇ ਨੇ ਗ੍ਰੰਥੀ ਨੇ ਜਾਂ ਰਾਗੀ ਨੇ, ਉਹਨਾਂ ਨੇ ਤਾਂ ਆਹਾਰ ਆਪਦਾ ਲੈਣਾ ਵੀ ਤੁਸੀਂ ਇਸ ਕਰਕੇ। ਫਿਰ ਉਹਨਾਂ ਨੇ ਮੇਰੇ ਨਾਲ ਵਾਅਦਾ ਕਰ ਲਿਆ, ਕਹਿੰਦੇ 400-500 ਖਮਨੀ ਕਿੰਨਾ ਡਾਲਾ ਸੀ, ਕਹਿੰਦੇ ਉਹ ਤੁਸੀਂ ਜਾਣ ਸਾਰ ਦੇ ਦਿਓ ਉੱਥੇ, ਅਤੇ ਬਾਕੀ ਫਿਰ ਭਾਈ ਮੈਂ ਗਿਆ ਉੱਥੇ ਪੰਜਾਂ ਪਿਆਰਾਂ ਦੀ ਸੇਵਾ, ਟੋਰਾਂਟੋ ਦੀ ਗੱਲ ਹੈ ਪੁਰਾਣੀ। ਅਤੇ ਜਿਸ ਵੇਲੇ ਪਹੁੰਚੇ ਤਾਂ ਉਦੋਂ ਹੀ ਉਹ ਕਿਹੜਾ ਸਿੰਘ ਖਜ਼ਾਨਚੀ ਸੀ ਉਹਦੇ ਹਵਾਲੇ, ਮੈਂ ਕਿੰਨੇ ਦਾ ਟਿਕਟ ਹੈ ਉਹਨਾਂ, ਮੈਂ ਉਹ ਉਹਨੇ ਡਾਲੇ ਉਹਨਾਂ ਨੂੰ 400-500 ਮੇਰੇ ਸਹੀ ਯਾਦ ਨਹੀਂ, ਉਹ ਦੇਤਾ। ਇਸ ਤਰ੍ਹਾਂ ਦਾ ਇਹ ਸਿੰਘ ਦਾ ਇਹ ਹੁੰਦਾ ਕਿ ਕਿਹੜੇ ਭਾਈ ਗ੍ਰੰਥੀ ਨੇ ਜਾਂ ਦੂਸਰੇ, ਉਹਨਾਂ ਦਾ ਤਾਂ ਹਾਰ ਹੈ 24 ਘੰਟੇ ਕਿਹੜੇ ਗ੍ਰਿਸ ਦੇ ਵਿੱਚ ਲੈ ਕੇ ਵੜਦੇ ਨੇ। ਇੱਕ ਵਾਰੀ ਤੁਹਾਨੂੰ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਅਤੇ ਮੈਂ ਸੁਣਿਆ ਵੀ ਇੱਕ ਸਿੰਘ ਗੁਰੂ ਦਸ਼ਮੇਸ਼ ਦੇ ਚਰਨਾਂ ਦੇ ਵਿੱਚ ਗਾਗਰ ਕਹਿ ਲਓ ਜਾਂ ਤੌਲਾ ਲੈ ਲਓ ਧੀ ਦਾ ਲੈ ਕੇ ਆ ਗਿਆ, ਧੀ ਦਾ ਲੈ ਕੇ ਆ ਗਿਆ ਤਾਂ ਸੱਚੇ ਪਾਤਸ਼ਾਹ ਦੇ ਚਰਨਾਂ, ਦਸ਼ਮੇਸ਼ ਪਿਤਾ ਦੇ ਚਰਨਾਂ ਜਦੋਂ ਭੇਟ ਕੀਤਾ ਅਤੇ ਬਾਕੀ ਇੱਕ ਸਿੰਘ ਸੀ ਉਹ ਕਮਜ਼ੋਰ ਜਿਹਾ ਸੀ ਉਹਦੇ ਮਨ 'ਚ ਆ ਗਿਆ, ਇਤਿਹਾਸ ਦੀ ਗੱਲ ਹੈ ਇਹ, ਉਹਦੇ ਆ ਗਿਆ ਵੀ ਜੇ ਮੇਰੇ 'ਤੇ ਬਖਸ਼ਿਸ਼ ਕਰ ਦੇਣ ਮੈਂ ਨਿਰਵਾਹ ਹੋ ਜਾ। ਉਹਦੇ ਮਨ ਜਦੋਂ ਇਹ ਆਈ ਫਿਰ ਉਹਨੂੰ ਕਿਹਾ ਸੱਚੇ ਪਾਤਸ਼ਾਹ ਨੇ, ਕਹਿੰਦੇ ਭਾਈ ਤੂੰ ਬਾਲ ਬੱਚੇ ਹੋਇਆ ਤੂੰ ਕਿਉਂ ਲੈ ਕੇ ਆਇਆ ਇਹ ਤਬਲਾ, ਤੂੰ ਕਿਉਂ ਲੈ ਕੇ ਆਇਆ ਘੀ ਦਾ? ਅਤੇ ਬਾਕੀ ਉਹਨੂੰ ਕੋਲ ਬੁਲਾ ਲਿਆ, ਕਹਿੰਦੇ ਸੁਣ ਲਾ ਭਾਈ। ਉਹ ਕਹਿੰਦਾ ਜੀ ਮੇਰੇ ਕੋਹੜ ਹੋ ਗਿਆ ਸੀ, ਫਿਰ ਤੁਹਾਡੇ ਚਰਨਾਂ ਦੇ ਵਿੱਚ ਮੈਂ ਬੇਨਤੀ ਕਰੀ ਵੀ ਸੱਚਾ ਪਾਤਸ਼ਾਹ ਮੇਰੇ 'ਤੇ ਬਖਸ਼ਿਸ਼ ਕਰ ਦਿਓ, ਮੈਂ ਐਂ ਕਰਕੇ ਵੀ ਕਿਹੜਾ ਹੈਗਾ ਤੁਹਾਡੇ ਚਰਨਾਂ ਵਿੱਚ ਘੀ ਦਾ ਤਬਲਾ ਆਪਦੇ ਘਰ ਦਾ ਪਹੁੰਚਾਉਂਗਾ। ਜਦੋਂ ਇੰਨੀ ਗੱਲ ਹੋਈ ਫਿਰ ਉਹਨੂੰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਉਂ ਲੈਣਾ ਸਾਰਾ? ਕਹਿੰਦੇ ਇਹ ਕਿਹੜਾ ਹੈ ਤੌਲਾ, ਇਹਦੇ ਵਿੱਚ ਲੰਗਰ 'ਚ ਪਊ, ਦੇਗ ਵਰਤਾਈ ਜਾਊ, ਇਹ ਸਾਰੀ ਕਹਿੰਦੇ ਕਿਸੇ ਦੇ ਥੋੜ੍ਹੀ ਜਿਹੀ ਪਿੱਤ ਨਿਕਲੂ, ਕਿਸੇ ਦੇ ਇੱਕ ਫੋੜਾ ਨਿਕਲਿਆਊ, ਇਹ ਸੰਗਤ 'ਚ ਵੰਡਿਆ ਜਾਊ, ਜੇ ਤਾਂ ਲੈਣਾ। ਫਿਰ ਉਹਨੇ ਹੱਥ ਬੰਨ ਲਏ ਵੀ ਇਸ ਤਰ੍ਹਾਂ ਕਰਕੇ ਭਾਈ ਕਿਹੜਾ ਹੈਗਾ ਭਾਈ, ਜੀਵਨ ਸੋਹਣੀਆਂ ਦੀ ਕਾਂ ਖੇੜਾ ਪਰਿਵਾਰ ਸੀ ਉਹ ਬਹੁਤ ਚੜ੍ਹਦੀ ਕਲਾ ਵਿੱਚ, ਗੁਰੂ ਦੀ ਕਿਰਪਾ ਦੇ ਉਹਨਾਂ ਦੇ ਨਾਲ। ਫਿਰ ਮੈਂ ਤੁਹਾਨੂੰ ਦੱਸਦਾ 78 ਵਿੱਚ ਤੁਹਾਨੂੰ ਪਤਾ ਨਾ ਨਿਰੰਕਾਰੀਆਂ ਦੀ ਖੇਡ ਵਰਤੀ, ਅਤੇ ਹਰਿੰਦਰ ਸਿੰਘ ਮੇਰਾ ਲੜਕਾ ਪਹਿਲਾਂ ਇੱਥੇ ਆਇਆ ਹੋਇਆ ਸੀ, ਅਤੇ ਜਦੋਂ ਉੱਥੇ ਅਸੀਂ ਪ੍ਰੋਫੈਸਰ ਕੋਲ ਅਸੀਂ ਗਏ, ਮਤਲਬ ਹੈ ਉਹਨਾਂ ਦੇ ਭੋਗ 'ਤੇ, ਹਰਿਮੰਦਰ ਸਾਹਿਬ ਕਹਿੰਦੇ ਵੀ ਪ੍ਰਹਿਣਾ ਕੀ ਆ ਹੁਣ 1-2 ਵਜੇ ਅਸੀਂ ਉੱਥੇ ਜਦੋਂ ਸਰੋਵਰ 'ਚ ਇਸ਼ਨਾਨ, ਉੱਥੇ ਭਾਈ ਸਾਹਿਬ ਨੂੰ ਮਿਲ ਗਏ, ਉਹਨਾਂ ਦੇ ਬਚਨ ਨੇ ਮੇਰੇ ਨਾਲ ਪਿਆਰ ਸੀ। ਕਹਿੰਦੇ ਮਾਸਟਰ ਜੀ ਉੱਥੇ ਪੰਜਾਂ ਪਿਆਰਾਂ ਦੀ ਇੰਗਲੈਂਡ ਤੋਂ ਸਿੰਘ ਸੱਦੇ, ਤੁਸੀਂ ਕਦੋਂ ਆਉਣੇ ਹੋ? ਮੇਰੇ ਮੂੰਹੋਂ ਇੱਕੋ ਹੀ ਗੱਲ ਨਿਕਲ ਗਈ, ਇਹ ਮਲਕ ਦੇ ਕੰਮ ਕਰਦੇ ਸੀ ਹਰਿੰਦਰ ਸਿੰਘ, ਮੈਂ ਕਿਹਾ ਜਦੋਂ ਤੁਸੀਂ ਸੱਦ ਲਉਂਗੇ ਆ ਜਾਵਾਂਗੇ। ਇਸ ਤਰ੍ਹਾਂ ਦਾ ਵੀ ਉਹਨਾਂ ਨੇ ਇੱਥੇ ਜਦੋਂ ਆਏ ਨੇ, ਫਿਰ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਪਹਿਲਾਂ ਹੀ ਮੈਂ ਬੇਨਤੀ ਕਰ ਚੁੱਕਿਆ ਵੀ ਖਾਲਸਾ ਸਕੂਲ, ਖਾਲਸਾ ਬੈਂਕ ਦੇ ਬਾਨੀ ਭਾਈ ਸਾਹਿਬ ਹੁਣੀ ਨੇ, ਉਹਨਾਂ ਦੇ ਇਹ ਹੈ ਵੀ ਤਿਆਗੀ ਸਨ, ਅਤੇ ਬਾਕੀ ਉਹਨਾਂ ਦੇ ਹਿਰਦੇ ਅੰਦਰ ਗੁਰਸਿੱਖੀ ਦੀ ਇਹ ਬਖਸ਼ਿਸ਼ ਸੀ, ਮਾਇਆ ਨਾਲ ਕੋਈ ਸਮਾਂ ਆ ਗਈ ਅਤੇ ਦੂਜੇ ਪਾਸੇ ਧੱਕ ਤੀ ਉਦੋਂ ਹੀ। ਇਸ ਤਰ੍ਹਾਂ ਦਾ